ਸੁਣ ਬਈ। ਹਾਂਜੀ ਉਸਤਾਦ ਜੀ। ਯਾਰ ਮਾਲ ਦੱਸ ਯਾਰ, ਛੁੱਟੀਆਂ ਮੁੱਕਣ ਵਾਲੀਆਂ, ਦੁਕਾਨਦਾਰਾਂ ਨੇ ਆਉਣਾ, ਮਾਲ ਮੂਲ ਨਹੀਂ ਦੇਣਾ ਉਹਨਾਂ ਨੇ ਫਿਰ। ਮਾਲ ਤਕਰੀਬਨ ਉਸਤਾਦ ਜੀ ਪੂਰਾ ਹੀ ਪਿਆ ਵਾ ਕੰਪਨੀਆਂ ਦਾ, ਫੇਰ ਵੀ ਛੁੱਟੀਆਂ ਹੁਣ ਖਤਮ ਹੋਣ ਵਾਲੀਆਂ ਵਾ, ਦੁਕਾਨਦਾਰਾਂ ਨੇ ਆਣਾ ਵਾ। ਹਾਂ ਤੇ ਫਿਰ ਮਾਲ ਹੈ ਨੀਗਾ? ਫਿਲਹਾਲ ਤਾਂ ਹੈ ਵਾ, ਲੇਕਿਨ ਫੇਰ ਵੀ ਸਟੋਰ ਚ ਦੇਖਿਆ ਨਾ ਜਾ ਕੇ, ਕਮਾਲ ਪਿਆ ਹੋਣਾ ਵਾ ਆਪਣਾ। ਚਲੋ ਮੈਂ ਦੇਖ ਕੇ ਆਉਂਦਾ, ਦੱਸਦਾ ਕਿੰਨਾ ਕੁ ਪਿਆ ਵਾ। ਦੁਕਾਨ ਆ ਇਹ, ਇਹਨਾਂ ਕੋਲ ਮਾਲ ਲੈਂਦੇ ਜੀ। ਉਸਤਾਦ ਜੀ ਕੀ ਲੈਣਾ ਹੈ? ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਹੋਰ ਤਾਂ ਜੀ ਠੀਕ ਠਾਕ ਹੋ? ਹਾਂਜੀ ਜੀ। ਮਾਲ ਮੂਲ ਹੋਲਸੇਲ ਦਾ ਕੰਮ ਕਰਦੇ ਜੀ ਤੁਸੀਂ? ਹਾਂਜੀ ਕਰੀਦਾ ਜੀ, ਹੋਲਸੇਲ ਦਾ ਵੀ ਕਰੀਦਾ, ਪਰਚੂਨ ਵੀ ਕਰੀਦਾ। ਠੀਕ ਹੋ ਗਿਆ ਜੀ। ਹਾਂਜੀ ਭੈਣ ਆ ਗਈ ਆ ਗਈ। ਹਾਂਜੀ ਕਾਪੀ ਕੁਪੀ ਵੀ ਬਣਾ ਕੇ ਦਿੰਦੇ ਜੀ ਤੁਸੀਂ? ਹਾਂਜੀ ਹਾਂਜੀ। ਚਲੋ ਅੱਲਾਹ ਖੈਰ ਕਰੇ। ਤੇ ਤੁਸੀਂ ਆ ਭਾਈ ਨਾ ਕਰੋ, ਤੇ ਫਿਰ ਮੈਂ ਕਰ ਦਿੰਦਾ। ਹੋਰ ਜਨਾਬ ਕੀ ਹਾਲ ਏ? ਕਾਪੀ ਬਣ ਗਈ ਆ, ਨਵੀਂ ਕਾਪੀ ਬਣਵਾਈ ਆ, ਚੈੱਕ ਕਰ। ਸੌ ਵਾਲੀ ਸਹੀ ਹੈ ਜੀ। ਤੁਸੀਂ ਵੀ ਭਾਈ ਬਣਵਾਉਣੀ ਹੈ ਤਾਂ ਦੱਸ ਦਿਓ, ਕਾਪੀ ਬਣਵਾ ਕੇ ਦੇਈ ਦੀ ਅਸੀਂ। ਮਹਿੰਗੀ ਪੈਂਦੀ ਹੋਣੀ ਹੈ ਜੀ? ਮਹਿੰਗੀ ਮੁੰਗੀ ਨਹੀਂ ਪੈਂਦੀ ਜੀ, ਤੁਹਾਡੀ ਬ੍ਰਾਂਡਿੰਗ ਹੁੰਦੀ ਹੈ ਤੇ ਠੀਕ ਆ, ਪਹੁੰਚ ਜਾਏਗਾ। ਪੇਮੈਂਟ ਕਦੋਂ ਕਰਨੀ ਹੈ? ਪੇਮੈਂਟ ਸ਼ਾਮ ਦਿਓ ਮੈਨੂੰ ਲੈਣਾ। ਚਲੋ ਠੀਕ ਹੋ ਗਿਆ, ਬੰਦਾ ਆ ਜਾਂਦਾ, ਮੁੰਡਾ ਗਿਆ ਸਟੋਰ 'ਚ, ਕੱਢ ਕੇ ਉਹਨੂੰ ਭੇਜਦਾ, ਪਹੁੰਚ ਜਾਂਦਾ ਬੰਡਲ, ਕੋਈ ਮਸਲਾ ਨਹੀਂ। ਸਹੀ ਆ, ਕਾਪੀ ਤਾਂ ਚੰਗੀ ਹੈ, ਇੱਦਾਂ ਬਣਵਾ ਕੇ ਦੇ ਦਿੰਦੇ ਆ। ਹਾਂਜੀ ਜੀ, ਜਿਹੜਾ ਵੀ ਆ ਕੋਈ ਆਪਣਾ ਨਾਮ, ਸਕੂਲ ਦਾ ਨਾਮ ਵਗੈਰਾ ਪ੍ਰਿੰਟ ਕਰਾ ਸਕਦੇ ਹੋ ਜੀ। ਠੀਕ ਹੋ ਗਿਆ। ਚਲੋ ਇਹ ਤਾਂ ਬਾਅਦ ਦੀ ਗੱਲ ਆ, ਤੇ ਆਪਾਂ ਹੁਣ ਆਪਣਾ ਮਾਲ ਲਈਏ, ਤੇ ਮੈਨੂੰ ਇਹ ਦੱਸੋ ਤਾਂ ਜੀ, ਮੈਂ ਕਰਨਾ ਕੰਮ ਸ਼ੁਰੂ ਨਵਾਂ ਨਵਾਂ। ਸਹੀ, ਤੇ ਉਹਦੇ ਵਾਸਤੇ ਆਪਾਂ ਨੂੰ ਕੋਈ ਆ ਬੁੱਕ ਡਿਪੂ ਦਾ ਵੀ ਸਮਾਨ ਚਾਹੀਦਾ ਵਾ, ਜ਼ਾਹਰ ਮਿਲ ਜਾਏਗਾ। ਤੇ ਗੱਲ ਇਹ ਆ ਕਿ ਮਾਲ ਮੈਨੂੰ ਚਾਹੀਦਾ ਵਾ, ਤੇ ਪੈਸੇ ਮੈਂ ਤੁਹਾਨੂੰ ਕੋਈ ਕਰ ਲਉਂਗੇ, ਮਤਲਬ ਕਿਸ਼ਤ ਟੈਬ ਕੋਈ ਕੰਮ ਕਰ ਲਉਂਗੇ ਤੁਸੀਂ? ਸਹੀ, ਡਾਇਰੈਕਟ ਕਿਸ਼ਤਾਂ ਉਹ ਵੀ ਪਹਿਲੀ ਵਾਰੀ, ਇਹ ਤਾਂ ਕੰਮ ਔਖਾ ਹੋ ਜਾਣਾ ਜੀ। ਨਹੀਂ ਪੈਸੇ ਨਹੀਂ ਤੁਹਾਡੇ ਕਿਤੇ ਜਾਂਦੇ, ਬਸ ਮਾੜਾ ਕੋਈ ਸਾਵਣ ਹੀ ਤੁਹਾਡਾ ਚਾਹੀਦਾ ਵਾ। ਹਲਕਾ ਮੁਲਕਾ ਤਾਂ ਆਪਣਾ ਕਰ ਦਾਂਗੇ ਜੀ। ਚਲੋ, ਮਤਲਬ ਕਿ ਮੈਂ ਦੇ ਜਾਊਂਗਾ, ਪੈਸੇ ਨਹੀਂ ਤੁਹਾਡੇ, ਮੈਂ ਮਾੜਾ ਪੈਸੇ ਤੁਹਾਡੇ ਲਾਈ ਜਾਊਂਗਾ। ਤੇ ਫਿਰ ਦਿਓ ਜੀ ਕੀ ਚੱਲਦਾ ਉਹ 'ਚ, ਕੱਚੀਆਂ ਪੈਨਸਲਾਂ, ਰਬੜਾਂ, ਸ਼ਾਰਪਨਰ, ਇੱਦਾਂ ਹੀ। ਕਿੰਨਾ ਕਿੰਨਾ ਦੇ ਦਈਏ ਜੀ? ਫਿਲਹਾਲ ਤਾਂ ਤੁਸੀਂ ਦਰਜਨ ਦਰਜਨ ਦੇ ਦਿਓ, ਜਿੱਦਾਂ ਫਿਰ ਆਪਣਾ ਕੰਮ ਵਧੀ ਜਾਊਗਾ, ਆਪਾਂ ਫਿਰ ਤੁਹਾਡੇ ਨਾਲ ਹੀ ਆ, ਆਪਾਂ ਕਿਹੜਾ ਕਿਸੇ ਹੋਰ ਕੋਲ ਜਾਣਾ। ਪਹਿਲੇ ਮੈਨੂੰ ਦੱਸ ਦੇ ਵੀ ਜੀ ਕਿੰਨੇ ਕਿੰਨੇ ਵਾਲੀ ਆ ਜੀ? ਆ ਸ਼ਾਰਪਨਰ ਹੋ ਗਿਆ ਤੁਹਾਡਾ ਦਰਜਨ? ਹਾਂਜੀ, ਅੱਛੀ ਚੀਜ਼ ਦਿਓ ਜੀ ਆਪਾਂ ਕਸਟਮਰ ਨੂੰ, ਅੱਛੀ ਹੈ ਜੀ, ਗਾਰੰਟੀ ਵਾਲੀ ਚੀਜ਼ ਆ, ਦਰਜਨ ਤੁਹਾਡੀ ਡਬਟ ਹੋ ਗਈ ਜੀ। ਠੀਕ ਹੋ ਗਿਆ ਜੀ। ਹੋਰ ਇਸ ਤੋਂ ਇਲਾਵਾ ਜੀ ਕਾਪੀਆਂ ਦਸਤੇ ਵੀ ਦੇ ਦਿਓ ਜੀ। ਕਾਪੀਆਂ ਕਿੰਨੇ ਵਾਲੀ ਕਰ ਦਈਏ ਜੀ? ਆਹੀ ਵਾਲੀ 20 ਤੋਂ ਸ਼ੁਰੂ ਆ ਜੀ, 20 30 50 100। ਆਹੀ ਮੱਲਿਆ ਜੀ ਤਾਂ 20 20 30 30 ਵਾਲੀ ਚੱਲਦੀ ਹੈ ਜੀ, 20 ਵਾਲੀ ਦੇ ਦਿਓ, 50 ਵਾਲੀ ਦੇ ਦਿਓ ਜੀ। ਆ ਲਓ ਜੀ, ਆ ਤੁਹਾਡੀਆਂ ਕਾਪੀਆਂ ਹੋ ਗਈਆਂ ਜੀ, ਤਿੰਨੇ ਉਰਦੂ ਇੰਗਲਿਸ਼ ਰਿਆ ਜੀ। ਠੀਕ, ਉਸ ਤੋਂ ਇਲਾਵਾ ਕੀ ਚੱਲਦਾ ਜੀ? ਕੋਈ ਬਾਲ ਪੈਂਟਾਂ ਦੇ ਦਿਓ ਜੀ। ਲਓ ਜੀ, ਅੱਛੀ ਬਾਲ ਪੈਂਟ ਦੀ ਡੱਬੀ ਆ ਗਈ ਤੁਹਾਡੀ। ਆ ਪੁਰਾਣੀਆਂ ਕਿਤਾਬਾਂ ਵੀ ਹੁੰਦੀਆਂ ਜੀ ਆਪਣੇ ਕੋਲ? ਹੁੰਦੀਆਂ ਜੀ, ਹੁੰਦੀਆਂ ਪੁਰਾਣੀਆਂ ਕਿਤਾਬਾਂ ਵੀ। ਅੱਛਾ, 11ਵੀਂ ਦੀਆਂ ਵੱਡੀ ਕਲਾਸਾਂ ਦੀਆਂ ਕਿਸੇ ਰੱਖੀਆਂ ਹੋਈਆਂ ਜੀ? ਹਾਂਜੀ ਜੀ। ਇਹ ਕਿੱਦਾਂ ਜੀ ਹਿਸਾਬ ਕਿਤਾਬ ਇਹਦਾ? ਇਹ ਤੁਸੀਂ ਜੋ ਲੈਣ ਆਓਗੇ ਤੁਹਾਨੂੰ ਦੱਸ ਦਾਂਗੇ ਇਹਦਾ। ਠੀਕ ਹੈ ਜੀ, ਦੱਸ ਦਿਆ ਕਰਾਂਗੇ ਨਾਲ ਬੱਚਿਆਂ ਨੂੰ ਤੁਹਾਡਾ ਕਲਾਸ। ਹਾਂਜੀ, ਆ ਬਿੱਲ ਤੁਹਾਡਾ ਬਣਾ ਦਵਾਂ ਮੈਂ ਫਿਰ। ਹਾਂਜੀ ਬਣਾ ਦਿਓ ਜੀ, ਰੇਟ ਮੁਨਾਸਬ ਲਾਈਓ ਜੀ। ਰੇਟ ਮੁਨਾਸਬ ਜੀ, 850 ਰੁਪਇਆ ਤੁਹਾਡਾ ਬਣ ਗਿਆ ਜੀ। ਠੀਕ ਹੋ ਗਿਆ ਜੀ। ਭਾਨੇ ਅਸੀਂ ਲੈਣੇ ਹੈਗੇ,
ਤੁਹਾਡੇ ਹੋ ਗਏ 22 ਰੁਪਏ ਹੋ ਗਏ ਜੀ ਹਲੋ ਆ ਜਮਾ ਕਰ ਲੋ ਤੇ ਬਾਕੀ ਤੇ ਬਕਾਇਆ ਕਰ ਲੋ ਕੀ ਗੱਲ ਰਾਤੀ ਸੁੱਤੇ ਨੀ ਤੁਸੀਂ ਸੁੱਤੇ ਸੀ ਭਾਈ ਮੈਂ ਤੁਹਾਨੂੰ ਪਹਿਲਾਂ ਕਹਿ ਰਹੀ ਕਿਸ਼ਤਾਂ ਕਰਨੀਆਂ ਤੁਸੀਂ ਕਹਿ ਠੀਕ ਆ ਜੀ ਕਰ ਲਾਂਗੇ ਤਾਵਾਂ ਹੁਣ ਇੰਨਾ ਕੀ ਤਾਵਾਂ ਹੁੰਦਾ ਵਾ ਗਰੀਬ ਬੰਦਾ ਜੀ ਇਹ ਤੁਸੀਂ ਦੁਕਾਨ ਵਾਸਤੇ ਲੈ ਕੇ ਜਾਣਾ ਕਿ ਮੰਗਣ ਵਾਸਤੇ ਲੈ ਕੇ ਜਾ ਰਹੇ ਵਾਸਤੇ ਅਲਹਮਦੁਲਿਲਾ ਆਪਾਂ ਕਾਰੋਬਾਰ ਸ਼ੁਰੂ ਕੀਤਾ ਜੀ ਭਾਈ ਐਵੇਂ ਨਹੀਂ ਹੁੰਦਾ ਜਾ ਕੇ ਸੌ ਕੇ ਆ ਪੂਰਾ ਭਾਈ ਆਪੇ ਦਾ ਕਿਹਾ ਸੀ ਤੁਸੀਂ ਤਾਵਾਂ ਨਹੀਂ ਭਾਈ ਨਹੀਂ ਐਵੇਂ ਨਹੀਂ ਦੇਈਦਾ ਜੀ ਸਮਾਨ ਸੁਬਹ ਸੁਬਹ ਦਿਮਾਗ ਖਰਾਬ ਕਰ ਲਓ ਉਹ ਨਹੀਂ ਭਾਈ ਨਹੀਂ ਚਲੋ ਇੰਨੇ ਕੱਲ ਨੂੰ ਮੈਂ ਦੇ ਜੂੰਗਾ ਜਮਾ ਕਰਾ ਜੂੰਗਾ ਇਦਾਂ ਹੀ ਜਮਾ ਕਰਾਈ ਜਾਣੇ ਆਪਾਂ ਤੁਹਾਨੂੰ ਪਤਾ ਆਪਾਂ ਮਾਲ ਵੇਚਿਆ ਤੁਹਾਡੇ ਕੋਲ ਡਾਇਰੈਕਟ ਉਹ ਨਹੀਂ ਭਾਈ ਇਦਾਂ ਅੱਗੇ ਕਈ ਵਾਰੀ ਹੋ ਗਿਆ ਸਾਡੇ ਨਾਲ ਹੁਣ ਫਿਰ ਨਹੀਂ ਗੱਲ ਨਹੀਂ ਜੀ ਨਹੀਂ ਅੱਲਾ ਭਲਾ ਹੋਵੇ ਜੀ ਤੁਹਾਡਾ ਆ ਠੀਪੇ ਲੈਣਾ ਮੇਰੇ ਕੋਲ ਲੈ ਲਾ ਦੋ ਹੋਰ ਇਕੱਠੇ ਕਰ ਲਾ ਜਾ ਕੇ ਨਹੀਂ ਜੀ ਰੱਖੋ ਆਪਣੇ ਕੋਲ ਹਾਲ ਆਸਾਨ ਨਾ ਕਰੋ ਮੇਰੇ ਤੇ ਐਡਾ ਜਾਓ ਜੀ ਅੱਲਾ ਭਲਾ ਕਰੇ ਤੁਹਾਡਾ ਸਾਜੀ ਖੈਰ ਆ ਬੰਦਾ ਬੁਰਬੁਰ ਕਰਨ ਦਿਆ ਉਹ ਯਾਰ ਕੀ ਦੱਸਾਂ ਤੈਨੂੰ ਨਵੀਂ ਟੈਨਸ਼ਨ ਆ ਗਈ ਸਵੇਰੇ ਸਵੇਰੇ ਆ ਸਮਾਨ ਇੱਥੇ ਪਿਆ ਇੰਨਾ ਵਾਰਾ ਉਹ ਭਾਈ ਉਹੀ ਕਢਾ ਕੇ ਗਿਆ ਵਾ ਆਖੇ ਜੀ ਮੈਂ ਨਵੀਂ ਨਵੀਂ ਦੁਕਾਨ ਸ਼ੁਰੂ ਕਰਨੀ ਮੈਨੂੰ ਕਿਸ਼ਤਾਂ ਦਾ ਸਮਾਨ ਦੇ ਦਿਓ ਜੀ ਮੈਂ ਕਿਹਾ ਚੱਲ ਤਾਵਨ ਥੋੜਾ ਬਹੁਤ ਕਰ ਲਾਂਗੇ ਕੋਈ 1000 ਦਾ ਸਮਾਨ ਲਓ ਕੋਈ 100-200 ਨੂੰ ਕਹਾਂਗੇ ਚੱਲ ਬਾਅਦ ਚੋਂ ਦੇ ਜੀ ਉਹ ਤਾਂ ਭਾਈ ਠੀਪੇ ਕੱਢ ਕੇ ਬਹਿ ਗਏ ਆ ਉਹ ਮੈਂ ਕਿਹਾ ਭਾਈ ਜਾ ਤੁਰਦਾ ਲੱਗ ਜਾ ਕੇ ਜਾ ਠੀਪੇ ਪੂਰੇ ਨਹੀਂ ਸੀਗੇ ਲੈ ਠੀਪੇ ਗਈ ਉਹ 10 ਰੁਪਏ 15 ਰੁਪਏ ਕੱਢ ਕੇ ਕਹਿੰਦਾ ਲਓ ਜੀ ਜਮਾ ਕਰ ਲਓ ਬਾਕੀ ਮੈਨੂੰ ਦੇ ਦਿਓ ਅਸੀਂ ਪਾਗਲ ਬੈਠੇ ਆ ਇੱਥੇ 10-15 ਰੁਪਏ ਦਿੰਦਾ ਪਿਆ ਸੀਗਾ ਸਮਾਨ ਦੇ ਸਮਾਨ ਦਾ ਕੀ ਬਣਿਆ ਅੰਦਰ ਸਮਾਨ ਪਿਆ ਭਾਜੀ